हेलो जी, किदा हाल चाल सारिया भैन भरावान का, मित्रां का, सज्जण का, बेलियां का? उम्मीद करने वधिया होवोगे, जिथे भी होवोगे लाइफ में इंजॉय कर रहे होवोगे जी। रब सारिया चढ़दी कला च रखे। तो अज जो वीडियो आप लैके आए हैं वह है जी बैटल ऑफ अमृतसर। बैटल ऑफ अमृतसर की सी पता है? 1984 हाँ जी, गोल्डन टैंपल जो अटैक किया संत भिंडरांवाले जिहड़े सन, सरकार भिंडरांवाले साहब, उन्हां दे उत्ते जिहड़ा हमला किया गया सी, उहदे तों रिलेटिड फिल्म होएगी है, क्योंकि उही सी बैटल अमृतसर दी जिहड़ी है। बैटल अमृतसर दी होई सी ਤੇ ਉਹ ਆਪਾਂ ਤੁਹਾਨੂੰ ਦੱਸਦੇ ਨੇ। ਗੋਲਡਨ ਟੈਂਪਲ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਵਿੱਚ ਹੈ, ਤੇ ਇਸੇ ਤੋਂ ਉਹਨਾਂ ਨੇ ਉਹਨਾਂ ਦਾ ਨਾਂ ਜਿਹੜਾ ਫਿਲਮ ਦਾ ਉਹ ਬੈਟਲ ਆਫ ਅੰਮ੍ਰਿਤਸਰ ਰੱਖਿਆ ਹੈ। ਚਲੋ ਆਪਾਂ ਥੋੜ੍ਹਾ ਜਿਹਾ ਪੜ੍ਹਨਾ ਲਈ ਇਹਦੇ ਬਾਰੇ 'ਚ। ਹਾਂਜੀ ਪੜ੍ਹ ਲਓ, ਇੱਥੋਂ ਆਪਾਂ ਵਿਕੀਪੀਡੀਆ ਤੋਂ ਲੈ ਲੈਂਦੇ ਹਾਂ। ਤੇ ਸ੍ਰੀ ਹਰਮਿੰਦਰ ਸਾਹਿਬ ਹੈ ਨਾ, ਇਹਨੂੰ ਮੇਰੇ ਖਿਆਲ 'ਚ ਕਿਹਾ ਜਾਂਦਾ ਗੋਲਡਨ ਟੈਂਪਲ ਨੂੰ, ਇਹ ਜਿਹੜੀ ਪਲੇਸ ਹੈ। ਹਾਂਜੀ, ਤੇ ਦਾ ਗੋਲਡਨ ਟੈਂਪਲ ਇਜ਼ ਗੁਰਦੁਆਰਾ ਲੋਕੇਟਡ ਇਨ ਦਾ ਸਿਟੀ ਆਫ ਅੰਮ੍ਰਿਤਸਰ। ਠੀਕ ਹੋ ਗਿਆ ਜੀ। ਇਟ ਇਜ਼ ਪ੍ਰੀਮੀਨੈਂਟ ਸਪਿਰਿਚੁਅਲ ਸਾਈਟ ਆਫ ਸਿੱਖਜ਼ਮ। The man-made pool on the site of the temple was completed by the fourth Sikh Guru, Guru Ram Das, in 1577. 1577 ਵਿੱਚ ਜਿਹੜੇ ਚੌਥੇ ਸਿੱਖ ਗੁਰੂ ਸਨ, ਗੁਰੂ ਰਾਮਦਾਸ ਜੀ, ਉਹਨਾਂ ਨੇ ਇਹ ਜਿਹੜਾ ਮੈਨਮੇਡ ਪੂਲ ਹੈ ਜਿਹੜਾ ਆਪਾਂ ਵੇਖਦੇ ਹਾਂ ਗੋਲਡਨ ਟੈਂਪਲ ਦੇ ਦੁਆਲੇ ਜਿਹਦੇ ਵਿੱਚ, ਉਹ ਉਹਨਾਂ ਨੇ ਬਣਵਾਇਆ ਸੀ ਉਦੋਂ, ਹੈ ਨਾ। ਅਤੇ ਚਲੋ ਬਾਕੀ ਵਧੀਆ ਹੋ ਗਿਆ ਕਿ ਆਪਾਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਮਿਲ ਗਈ ਹੈ। ਅਤੇ ਚਲੋ ਸਟਾਰਟ ਕਰਦੇ ਹਾਂ, ਹੁਣ ਆਪਾਂ ਵੇਖ ਲੈਂਦੇ ਹਾਂ ਇਹਨਾਂ ਦਾ ਜਿਹੜਾ ਟ੍ਰੇਲਰ ਹੈ ਉਹ ਕਿੱਦਾਂ ਦਾ, ਉਹ ਕੀ ਹੈ, ਉਹ ਵੇਖ ਲਈਏ ਪਹਿਲੇ। ਸਨੀ ਭਾਅ ਜੀ ਪਹਿਲੇ ਕਾਲ ਸੁਣ ਲਓ, ਅਤੇ ਫਿਰ ਆਪਾਂ ਜਿਹੜਾ ਟ੍ਰੇਲਰ ਸਟਾਰਟ ਕਰਦੇ ਹਾਂ। ਅਤੇ ਬਾਕੀ ਇਹ ਹੈ ਕਿ ਉਦੋਂ ਸੁਣ ਲਈਏ, ਹਾਂ ਕੰਪਨੀ ਦੀ ਹੋਣੀ ਹੈ, ਕੰਪਨੀ ਵੱਲੋਂ ਇਹਨੂੰ ਕੰਪਨੀ ਦਾ ਫੋਨ ਆਉਂਦਾ, ਉਸ ਤੋਂ ਇਲਾਵਾ ਇਹਨੂੰ ਕਰਦਾ ਕੌਣ ਹੈ। ਚਲੋ ਸੰਤ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ, ਜਿਨ੍ਹਾਂ ਨੇ ਕਿਸੇ ਮਾਂ ਵਾਂਗੂ ਹਰ ਪੁੱਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੇਰੇ ਘਰ ਤੇ ਡਾਕਾ ਪੈਣ ਵਾਲਾ ਹੈ। ਸਿੱਖਾਂ ਨੂੰ 47 ਦੇ ਤੋਂ ਬਾਅਦ ਜਦੋਂ ਇੱਥੋਂ ਗੋਰੇ ਅੰਗਰੇਜ਼ ਚਲੇ ਗਏ, ਉਦੋਂ ਬਾਅਦ ਇਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਫਸ ਗਏ, ਇਹ ਸਾਨੂੰ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਜੀ ਗੁਲਾਮੀ 'ਚ ਆ ਗਏ। ਉਸ ਤੋਂ ਬਾਅਦ ਟੋਟਲ ਪੰਜਾਬ ਦਾ ਸਿਨੇਰੀਓ ਬਦਲਦਾ ਹੈ। ਸਟ੍ਰੈਸ ਇਸੇ ਗੱਲ 'ਤੇ ਹੁੰਦਾ ਸੀ ਕਿ ਅਸੀਂ ਇੱਥੇ ਦੋ ਕਾਨੂੰਨ, ਸਿੱਖਾਂ ਲਈ ਹੋਰ, ਹਿੰਦੂਆਂ ਲਈ, ਸੋ ਅਸੀਂ ਸੈਕਿੰਡ ਰੇਟ ਸਿੱਖੀ, ਅਤੇ ਇਸ ਤਰ੍ਹਾਂ ਅਸੀਂ ਨਹੀਂ ਰਹਿਣਾ। ਪਰ ਜੋ ਸਾਡੀ ਇੱਕ ਲਾਈਫ ਗੁਰੂਆਂ ਨੇ ਸਾਨੂੰ ਦਿੱਤੀ ਸੀ ਜਿਸ ਕਿਸਮ ਦੀ, ਵੀ ਅਸੀਂ ਉਹਦੇ ਨਾਲ ਹਟ ਕੇ ਜਿਉਂ ਰਹੇ, ਇਟਸ ਨਾਟ ਏ ਸਿੱਖ ਵੇ ਆਫ ਲਾਈਫ। ਜਦੋਂ ਤੱਕ ਆਪਣੇ ਘਰੇ ਨਾ ਮਰੇ, ਡਾਕਟਰੇ ਕਿਰਪਾਨ ਅਤੇ ਫੇਰ ਸ਼ਰਤ ਰਸਮਤ ਗੁਰਬਾਣੀ ਅਤੇ ਹੱਥ ਛੱਡਾ ਨਾ ਹੋਇਆ, ਉਦੋਂ ਤੱਕ ਆਪਣੇ 'ਤੇ ਕੁਛ ਪੈਣੀ ਹੈ। ਇੱਕ ਤਾਂ ਉਹ ਜਿਹੜਾ ਰਿਲੀਜੀਅਸ ਉਹਨਾਂ ਨੇ ਕੀਤਾ, ਦੂਜੀ ਗੱਲ ਉਹਨਾਂ ਨੇ ਲੋਕਾਂ ਦੇ ਵਿੱਚ ਜਿਹੜਾ ਸਵੈ ਮਾਣ ਆ ਸਿੱਖ ਦਾ, ਉਹ ਜਗਾ। ਇਹ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਸੀ, ਔਰ ਉਹਦੇ ਵਿੱਚ ਗੁਰਸਿੱਖ ਬੀਬੀਆਂ ਦੇ ਉੱਪਰ ਤਸ਼ੱਦਦ ਕਰਨਾ, ਸਿੰਘਾਂ ਦੇ ਉੱਪਰ ਤਸ਼ੱਦਦ ਕਰਨਾ, ਬੱਚਿਆਂ ਦੇ ਉੱਪਰ ਤਸ਼ੱਦਦ ਕਰਨਾ। ਸੋ ਵਾਇਲੈਂਸ ਸਟੇਟ ਦਾ ਹੀ ਅਧਿਕਾਰ ਹੈ, ਮਨੋਪਲੀ ਹੈ, ਅਤੇ ਸਟੇਟ ਦੇ ਖਿਲਾਫ ਕੋਈ ਨਹੀਂ ਚੁੱਕਦਾ। ਪੋਲੀਟੀਕਲ ਪੋਲੀਟਿਕਸ ਦਾ ਵੀ ਅਤੇ ਧਰਮ ਦਾ ਅਤੇ ਨਾਲ ਹਥਿਆਰ, ਸਾਰਾ ਕੁਛ ਇਹ ਇੱਕ ਇੰਟੈਗਰਲ ਪਾਰਟ ਹੈ। 60 ਸਾਲ ਪੀਸਫੁਲ ਸਟਰਗਲ ਦਾ ਦੌਰ ਹੈ, ਸੰਤਾਂ ਨੂੰ ਕਿਤੇ ਲੱਗ ਗਿਆ ਵੀ ਦੈਟ ਪੇਜ ਇਜ਼ ਓਵਰ, ਇਹਦੇ ਵਿੱਚੋਂ ਹਥਿਆਰ ਏਜੰਡੇ 'ਤੇ ਲਿਆ ਕੇ ਅਸੀਂ ਆਪਦੀ ਗੱਲ ਨੂੰ ਅੱਗੇ ਐਡਵਾਂਸ ਕਰ ਸਕਦੇ। ਗੁਲਾਮੀ ਹਮੇਸ਼ਾ ਉਦੋਂ ਦੌਰੋਂ ਰਹਿੰਦੀ ਹੈ ਜਦੋਂ ਮਨੁੱਖ ਮਹਿਸੂਸ ਕਰ ਲਵੇ, ਅਹਿਸਾਸ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ, ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ। ਜਦੋਂ ਇੰਦਰਾ ਗਾਂਧੀ ਨੇ ਰੇਡੀਓ ਤੋਂ ਅਤੇ ਟੈਲੀਵਿਜ਼ਨ ਤੋਂ ਨੈਸ਼ਨਲ ਐਡਰੈਸ ਜਿਹੜਾ ਉਹਨੂੰ ਸੰਬੋਧਨ ਕੀਤਾ, ਉਹਦੇ 'ਚੋਂ ਪਤਾ ਲੱਗ ਗਿਆ ਕਿ ਕੁਛ ਹੋਣ ਜਾ ਰਿਹਾ ਹੈ। ਮਤਲਬ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ I realized that even the approach to the Golden Temple complex would mean heavy casualties, but these had to be accepted. ਚਿਤਰਾਂ ਨੂੰ ਮਤਲਬ ਲੱਗਦਾ ਸੀ ਕਿ ਫਿਰ ਉਹ ਟੈਂਕ ਦਾ ਗੋਲਾ ਹੀ ਮਾਰਦੇ ਸੀ। ਮੁਗਲ ਰਾਜ ਅਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲੇ ਨੇ ਮੌਤ ਪਾ ਦਿੱਤਾ ਜੋ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਕਹਿੰਦੇ ਬਰਾਤ ਚੜ੍ਹਨੀ ਹੈ,
ਸਿੱਖਾਂ ਦੇ ਹੁਕਮ ਬਚਣਾ ਦੁਆਰਾ ਜਬ ਆਪ ਕਿਉਂ ਮੈਦਾਨ ਬਣੇ ਆਪ ਕੀ ਰਣ ਮੈਂ ਤਬ ਜੂਝ ਮਰੋ ਮੰਜੇ 'ਤੇ ਪੈ ਕੇ ਜਾਂ ਸੋਭਾ ਸੱਚ 'ਤੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ ਸਤਿਗੁਰੂ ਕਿਰਪਾ ਕਰਨ ਧਰਮ ਵਾਸਤੇ ਪੰਥ ਵਾਸਤੇ ਅਤੇ ਸਿੱਖੀ ਸ਼ਾਨ ਵਾਸਤੇ ਧਾਰਮਿਕ ਸਥਾਨਾਂ ਵਾਸਤੇ ਜ਼ਿੰਦਗੀ 'ਤੇ ਲੱਗੇ अच्छा पहले मैं ये समझ रहा था कि शायद ना फिल्म का ट्रेलर आ रहा है लेकिन ये बैटल ऑफ अमृतसर का ट्रेलर है ये पूरी एक डाकूमेंट्री होएगी तो ये डाकूमेंट्री के उत्ते बनाई जाएगी पूरी एक तो डिटेल होएगी ये सारी हर चीज़ की कि उदों की होया सी जेड़े कोई पुराने बजुर्ग ने जिमें कि आपां विच वेख्या पुराने लोग ने उन्हां कोलों भी उन्हां दे रिव्यूज़ भी ले जाणगे वो अपने दसणगे कि किदां किदां होया सी ते जिमें कि भिंडरांवाले साहब ने जेड़े संत जी ने उन्होंने जिमें दसिया कि तुसी अपनी लाइफ जेड़ी अगर मैं अपने धर्म नू सेफ करन वास्ते लोगों नू महफूज करन वास्ते कुरबान भी मैनू करनी पैंदी है तो मैं कर दांगा पर अपने ये उत्ते आंच जेड़े आंच नहीं आउण देवांगा ते मंजियां ते पै के तुसी नहीं हां उन्होंने एक लाइन इत्थे बहुत अच्छी लिखी कि जी मैं पढ़ रही सी बहुत गौर दे नाल मेरा पूरा ध्यान से तो मैंने एक लाइन बहुत पसंद आई उन्होंने आख्या जी डेथ इज बैटर दैन अ लाइफ ऑफ गुलाम हाँ जी मैं मौत कबूल करांगा गुलामी दी जिंदगी तो बहुत अच्छी लाइन सी वाकई एक लीडर दे विच इनियां खूबियां होनी चाहिए मैं खुद समझदा सी कि एक कोई छोटा मोटा जिहा होएगा कि टेंपल होएगा उन दे विच आके ना उन्हां नूं भिंडरांवाले नूं उन्हां ने फड़िया होएगा या टैग वगैरह बड़ा वार ये वेखण च आया सी सुनण च भी आया कि रियालिटी है कि ये भिंडरांवाले सरकार जिहड़े सन इन्हां नूं उन्होंने ऑफर भी आप पिछली वीडियो वेखी किन्नियां ऑफर उन्होंने कीतियां सन तो जो अटैक किया ना गोल्डन टैंपल से तो उदों आते ने जी ना सिर्फ इंडिया की आर्मी लगी सी बल्कि बाहर की आर्मी जी भी उत्थे लाई सी उन्होंने ब्रिटिश गुलामी तो आजाद हो के एक होर गुलामी दे विच जान रहे हैं मतलब उन्होंने उस हिसाब नाल उन्होंने वेखिया कि असीं एक गुलामी चो निकले हाँ तो उन्होंने फील होया उदों 84 उस टाइम च जदों उन्होंने तहरीक शुरू की सी कि असीं एक गुलामी चो निकल के तो दूजी गुलामी च वड़ गए हाँ तो इतों मतलब पंजाबी कौम जी बड़ी आन शान वाली कौम है इस कौम ना ना यार गुलामी बंद मैं सीधी गल कर रहा पंजाबी कौम प्यो की नहीं मानता ये बंदे प्यो की नहीं मानते किसी के प्यो की कितों मन गए है ही नहीं भाई चक्कर ही कौन है आ वेखो कि भिंडरांवाली सरकार को पता भी लग गया उन्होंने लोगों को दस भी दिता कि मेरी जिंदगी खत्म हो चैनल बिलकुल नवा बनया बैटल ऑफ अमृतसर के नाम तो बनाया गया आई डोंट नो ये हुण मैनू नहीं पता कि कोई ऑफिशियल चैनल होएगा या कोई किसी लोकल बंदे का चैनल है तो उन्हें अपने कोलों वीडियो बना के जेड़ा पाया तो बैटल ऑफ अमृतसर ट्रेलर दे लिखा होया जी ट्रेलर है इट मीनस ट्रेलर लिखा तो पिक्चर अभी बाकी है वो आने वाली है तो चलो बाकी संतां जी के बारे च असी काफ़ी उन्होंने स्पीचा भी सुन चुके हैं उन्होंने वीडियो भी देख चुके हैं हले भी वैरी की तस्वीर हरे भी संतां की तस्वीर डरावे वैरी नूं ते हरे तक भी लोग जिहड़े ने जदों प्रोटेस्ट करते हैं तो असीं वेख्या कि संतां की जिहड़ी तस्वीर है उन्होंने हाथ विच हुंदी है तो उन्होंने रिस्पैक्ट जिहड़ी है उन्होंने सानूं अपने चैनल की व्यूअरशिप तो उन्होंने थले जिहड़े कमेंट्स आउंदे ने उत्थों पता लग ही चुकिया कि अज भी हर पंजाबी जिहड़ा उन्होंने कितना रिस्पैक्ट करता तो टिल एंड जिनी तक ये दुनिया है ना वो करता रहेगा क्योंकि इन्होंने काम ही इदा का किया है इन्होंने अपने दिलों च जिंदा रखा बिल्कुल इदा है यार जेड़ा बंदा हक सच वास्ते खलोंदा है ना वो हमेशा जिंदा दुनिया नहीं भुलदी नहीं गई उन्हें दुनिया नहीं भुलदी ना इत दीप सिद्धू भाजी नूं दुनिया ने भुलना है ते ना ही इन्हां नूं भुलना है बिल्कुल बाकी तुहानूं किदां लग्गा जी किन्ने किन्ने पहले वेख्या सी जिन्हां ने नहीं वेख्या वो भी कमेंट करके दस्सिओ जिन्हां ने वेख्या वो भी वीर कमेंट करके दस्सिओ ते सपोर्ट जिदां तुसीं कर रहे हो अपने चैनल नूं आप सारे एक फैमिली हाँ बहुत वधिया लगता है तुहाडी सपोर्ट वेख के हुण मिलदे आ नैक्सट वीडियो च रखो जी अपना बहुत सारा ख्याल गुड बाय अल्लाह हाफिज़।